ਬੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਅੱਜ ਦੇਵੀਦਾਸਪੁਰਾ ਉਹ ਇਤਿਹਾਸਕ ਰੇਲ ਟਰੈਕ ਜਿਹਦੇ 'ਤੇ ਦਿੱਲੀ ਵਾਲਾ ਅੰਦੋਲਨ ਬਹੁਤ ਲੰਮਾ ਚੱਲਿਆ ਸੀ, ਅੱਜ ਫਿਰ ਅਸੀਂ 3 ਘੰਟੇ ਤੁਸੀਂ ਵੇਖਦੇ ਹੋ ਕਿਲੋਮੀਟਰਾਂ ਤੱਕ ਇਹ ਲੰਮੀ ਲੈਣ ਆ ਜਿਹੜਾ ਅੱਜ ਬਹੁਤ ਵੱਡਾ ਇਕੱਠ। ਇਸੇ ਤਰ੍ਹਾਂ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ 15 ਥਾਵਾਂ 'ਤੇ ਜਿਹੜਾ ਰੇਲ ਰੋਕੋ ਅੰਦੋਲਨ ਸਾਡਾ ਚੱਲ ਰਿਹਾ ਹੈਗਾ, ਇਹ 3 ਘੰਟਿਆਂ ਵਿੱਚ ਰੇਲ ਰੋਕੋ ਅੰਦੋਲਨ ਚੱਲੂਗਾ, ਬਟਾਲੇ ਵਾਲਾ ਲੰਮਾ ਚੱਲੂਗਾ ਰੇਲ ਰੋਕੋ ਅੰਦੋਲਨ। ਇਹਦੇ ਵਿੱਚ ਮੁੱਖ ਮੰਗਾਂ ਸਾਡੀਆਂ ਅਮਨ ਡਬਾਸ ਅਤੇ ਪ੍ਰਦੀਪ ਖੱਤਰੀ ਵੱਲੋਂ ਸਿੰਘੂ ਬਾਰਡਰ 'ਤੇ 29 ਜਨਵਰੀ 2021 ਨੂੰ ਆਪਣੇ ਗੁੰਡੇ ਲੈ ਕੇ ਜਿਹੜੇ ਭਾਜਪਾ ਅਤੇ RSS ਦੇ ਸੀ, ਪੈਟਰੋਲ ਬੰਬਾਂ ਨਾਲ, ਇੱਟਿਆਂ ਰੋੜਿਆਂ ਨਾਲ, ਡਾਂਗਾਂ ਨਾਲ ਫੋਰਸ ਉਹਨਾਂ ਦੀ ਮਦਦ ਕੀਤੀ, ਹਮਲਾ ਕਰਕੇ 20 ਤੋਂ 25 ਕਿਸਾਨ ਗੰਭੀਰ ਅਤੇ ਸੈਂਕੜੇ ਛੋਟੀਆਂ ਮੋਟੀਆਂ ਕਿਸਾਨਾਂ ਨੂੰ ਸੱਟਾਂ ਲੱਗੀਆਂ। ਸਾਡੇ ਕੈਂਪ 'ਚ ਅੱਗ ਲਾਉਣ ਦਾ ਯਤਨ ਕੀਤਾ ਗਿਆ, ਅਜੇ ਤੱਕ ਦੋਸ਼ੀ ਸ਼ਰੇਆਮ ਘੁੱਲ ਰਹੇ ਨੇ ਅਤੇ ਦਿੱਲੀ ਅਤੇ ਕੇਂਦਰ ਦੀ ਸਰਕਾਰ ਨੇ ਕੋਈ ਪਰਚਾ ਦਾਖਲ ਨਹੀਂ ਕੀਤਾ ਹੈਗਾ। ਇੱਕ ਤਾਂ ਉਹਨਾਂ ਦੇ ਪਰਚੇ ਕੀਤੇ ਜਾਣ, ਦੂਸਰਾ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਟੈਣੀ ਉਹਨਾਂ ਦੀ ਜ਼ਮਾਨਤ ਰੱਦ ਹੋਵੇ, 120B 'ਚ ਉਹਨਾਂ ਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ, MSP ਗਰੰਟੀ ਕਾਨੂੰਨ ਬਣਨਾ ਚਾਹੀਦਾ, ਦਿੱਲੀ ਅਤੇ ਦਿੱਲੀ ਦੇ ਬਾਹਰ ਕਿਸਾਨਾਂ ਅਤੇ ਜਿਹੜੇ ਕੇਸ ਪਾਏ ਵਾਪਸ ਲੈਣ ਹੋਣੇ ਚਾਹੀਦੇ ਆ, ਬਟਾਲੇ ਵਾਲੀਆਂ ਮੁੱਖ ਮੰਗਾਂ ਪੰਜਾਬ ਸਰਕਾਰ ਨਾਲ, ਜ਼ਮੀਨਾਂ ਜਿਹੜੀਆਂ ਸੜਕ ਵਾਸਤੇ ਰਿਕੁਆਇਰ ਕੀਤੀਆਂ ਜਾਣੀਆਂ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ, ਗੰਨੇ ਦਾ ਬਕਾਇਆ ਦਿੱਤਾ ਜਾਵੇ, ਸ਼ਹੀਦ ਪਰਮ ਨੌਕਰੀਆਂ ਦਿੱਤੀਆਂ ਜਾਣ। ਔਰ ਜਿਹੜਾ ਭਗਵੰਤ ਮਾਨ, ਸਾਨੂੰ ਪਹਿਲਾਂ ਪਤਾ ਸੀ ਵੀ ਪਾਣੀਆਂ ਵਾਲਾ ਬਿੱਲ ਆਊਗਾ ਪਾਰਲੀਮੈਂਟ 'ਚ, ਤਿਆਰੀ ਸੀ, ਵਰਲਡ ਬੈਂਕ ਦੀ ਨੀਤੀ ਆ ਵੀ ਤੁਸੀਂ ਹੁਣ ਜ਼ਮੀਨ 'ਚੋਂ ਪਾਣੀ ਕੱਢੋਗੇ 4 ਤੋਂ 8 ਰੁਪਏ ਪ੍ਰਤੀ ਕਿਊਸਬ, 300 ਰੁਪਈਆ ਮਹੀਨਾ ਲਾਊਗਾ, ਇਹ ਪਾਣੀ ਬਚਾਉਣਾ ਨਹੀਂ ਹੈ, ਇਹ ਪਾਣੀ ਮੁੱਲ ਵੇਚਣ ਦੀ ਨੀਤੀ ਹੈ, ਜਦੋਂ ਅਸੀਂ ਗੱਲ ਕਰ ਰਹੇ ਸੀ। ਆਉਣ ਵਾਲੇ ਸਮੇਂ ਵਿੱਚ ਮੰਗਾਂ ਦਾ ਹੱਲ ਨਾ ਕੀਤਾ ਤਾਂ ਅੰਦੋਲਨ ਤਿੱਖੇ ਵੀ ਹੋਣਗੇ। ਬਟਾਲੇ ਅਸੀਂ ਰੇਲ ਰੋਕੋ ਲੰਮਾ ਨਹੀਂ ਚਲਾਉਣਾ ਚਾਹੁੰਦੇ, ਮੁੱਖ ਮੰਤਰੀ ਜੀ ਦਖਲ ਦੇ ਕੇ ਮਸਲਿਆਂ ਦਾ ਹੱਲ ਕਰਨ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਅੰਦੋਲਨ ਹੋਰ ਤੇਜ਼ ਹੋਊਗਾ। ਧੰਨਵਾਦ।